ਜੀ ਲੱਪਿਆਤੀ ਸੁਣਾ ਮੈਂ ਲੱਪਿਓ ਤੀ ਹੈ ਦੁਆ ਬਨ ਕਾ ਤਮੰਨਾ ਜੇ ਮੇਰੀ ਜ਼ਿੰਦਗੀ ਸ਼ਮਾ ਕੀ ਸੂਰਤ ਮੈਂ ਹਲਾਲਾ ਹੂੰ ਨਹੀਂ ਹਲਾਲਾ ਨਾ ਗੱਡੋ ਦੁਆ ਸੁਣਾਓ ਤੇ ਪਿਆਰ ਇਹ ਘਰ ਆਲੇ ਆਂਦੇ ਨੇ ਜਰਾ ਇਹ ਰਹਿਣ ਦੇ ਜਰਾ ਤੂੰ ਜਰਾ ਕੁ 6 ਮਹੀਨੇ ਖਲੋਇਆ ਤੂੰ ਉਹਨੇ ਚੂਲੋ ਹੀ ਨਹੀਂ ਚੱਲਣਾ ਕੀਤੀ ਤੀ ਉਹਨੇ ਤੇਰੇ ਨਾਲ ਪਾਪੀ ਕਿਤੇ ਕਰਨੀ ਸੀ ਫੁੱਲਾਂ ਜੇ ਆਤੀ ਨੇ ਤੇਰਾ ਕਦੇ ਮੈਂ ਦਿਖਾਵਾਂ ਤੂੰ ਕਦੇ ਅੱਲਾਹ ਕਰੇ ਤੂੰ ਮਰ ਜਾਵੇਂ ਜਾਂ ਮੈਂ ਮਰ ਜਾਵਾਂ असल नाजरीन आप देख रहे हैं 24 News, और मैं मनाजर नाजरीन, हमेशा की तरह एक मुनफर स्टोरी लेकर आपकी खिदमत में हाजिर हुआ करदार, टिक के ऊपर मीडिया के ऊपर आए रोज वायरल होता जा रहा है हमने भी कोशिश की और इसदार के गाँव में आ गए ये किरदार है जट साहब का जट साहब जो है ये दोनों हमारे साथ मौजूद हैं बल्कि हम इनके गाँव में आए हैं जाट साहब असलम जी जाट साहब तु एक बड़ा शेर वायरल होया ਕਿ ਹਮੇਂ ਤੋ ਅਪਨੋ ਨੇ ਲੂਟਾ ਗੈਰੋ ਮੇਂ ਕਹਾਂ ਦਮ ਥਾ ਹਮਾਰੀ ਕਸ਼ਤੀ ਡੂਬੀ ਥੀ ਵਹਾਂ ਜਹਾਂ ਪਾਣੀ ਕਮ ਥਾ ਤੋ ਯੇ ਜ਼ਰਾ ਸ਼ੇਰ ਹਮੇ ਸੁਣਾਏ ਹਮੇ ਅਪਨੋ ਨੇ ਲੂਟਾ ਗਹਰੋਂ ਮੇਂ ਕਮ ਥਾ ਮਾਰੀ ਕਸ਼ਤੀ ਤੇ ਡੁੱਬੀ ਵਾਹ ਪਾਣੀ ਕਮ ਹੋ ਗਿਆ ਆਇਆ ਸੱਜਣਾ ਤੈਨੂੰ ਯਾਦ ਕੀਤਾ ਸੀ ਤੂੰ ਸਾਨੂੰ ਯਾਦ ਕਰੇਂਗਾ ਨਾ ਤੂੰ ਸਾਨੂੰ ਯਾਦ ਨਹੀਂ ਕੀਤਾ ਤੇ ਅਸੀਂ ਤੈਨੂੰ ਯਾਦ ਕਿਤੇ ਕਰਨਾ ਹੈ ਤੇਰੇ ਨਾਲ ਹੀ ਜੀਣਾ ਤੇਰੇ ਨਾਲ ਹੀ ਮਰਨਾ ਤੂੰ ਸਾਨੂੰ ਯਾਦ ਕਰਦਾ ਰਹੇਂਗਾ ਅਸੀਂ ਵੀ ਤੈਨੂੰ ਯਾਦ ਕਰਦੇ ਰਹਾਂਗੇ ਘਰ ਸਾਹਿਬ ਇਹ ਪਾਣੀ ਕਸ਼ਤੀ ਪਾਣੀ ਜੀ ਡੁੱਬ ਗਈ ਆਹੋ ਠੀਕ ਹੈ ਉੱਥੇ ਪਾਣੀ ਇਹਦਾ ਕੀ ਮਕਸਦ ਹੈ ਇਹਦਾ ਮਕਸਦ ਹੈ ਵੇ ਹਮੇ ਆਪਣਾ ਨੀ ਚੋ ਲੂਟ ਲਿਆ ਗਹਰੋਂ ਮੇਂ ਕਮ ਥਾ ਮਾਰੀ ਕਸ਼ਤੀ ਤੇ ਡੁੱਬੀ ਵਾਹ ਪਾਣੀ ਕਮ ਹੋ ਗਿਆ ਪਾਣੀ ਕੰਮ ਨਹੀਂ ਸੀ ਹੋਣਾ ਚਾਹੀਦਾ ਪਾਣੀ ਕੰਮ ਆ ਜਾਂਦਾ ਮਕਸਦ ਹੋਣਾ ਚਾਹੀਦਾ ਨਹੀਂ ਉਹ ਇਸ ਤੋਂ ਨਹੀਂ ਹੋਇਆ ਮੈਂ ਆਪਣਾ ਝੂ ਲੁੱਟ ਲਿਆ ਘਰੋਂ ਮੇਂ ਕੰਮ ਥਾ ਮਾਰੀ ਕਸ਼ਤੀ ਤੇ ਡੂਬੀ ਵਾ ਪਾਣੀ ਕੰਮ ਜੱਟ ਸਾਹਿਬ ਤੁਹਾਨੂੰ ਕਦੀ ਜ਼ਿੰਦਗੀ ਵਿੱਚ ਪਿਆਰ ਹੋਇਆ ਮੈਨੂੰ ਪਿਆਰ ਕਈਆਂ ਨਾਲ ਹੁੰਦਾ ਹੈ ਕਿਹਦੇ ਨਾਲ ਮੈਨੂੰ ਲੜਕੀ ਨਾਲ ਅੱਛਾ ਉਹ ਜ਼ਿਆਦਾ ਸੋਹਣੀ ਸੀ ਹਾਂ ਉਹ ਸਿਆਣੀ ਹੈ ਸੋਹਣੀ ਹੁੰਦੀ ਹੈ ਔਰ ਕਈ ਪੈੜੀ ਤੇ ਨਹੀਂ ਹੁੰਦੀ ਅੱਛਾ ਤੇ ਫਿਰ ਪਿਆਰ ਹੋਇਆ ਤੇ ਫਿਰ ਕੀ ਅੰਜਾਮ ਹੋਇਆ ਕੀ ਅੰਜਾਮ ਹੈ ਜਵੇਂ ਉਹਦੇ ਨਾਲ ਪਿਆਰ ਕਰ ਲਈਏ ਔਰ ਕੀ ਹੈ ਤੇ ਪਿਆਰ ਹੈ ਇਹ ਘਰ ਆਲੇ ਆਂਦੇ ਨੇ ਜਰਾ ਇਹ ਰਹਿਣ ਦੇ ਜਰਾ ਤੂੰ ਜਰਾ ਕੁ 6 ਮਹੀਨੇ ਖਲੋਇਆ ਤੇ ਜਰਾ ਪਿਆਰ ਫਿਰ ਤੇਰੇ ਨਾਲ ਕਰਾਂਗੇ ਤੂੰ ਇਹਦਾ ਤੇ ਉਹ ਤੇਰੇ ਨਾਲ ਪਿਆਰ ਕਰੇਗੀ ਤੇ ਫਿਰ ਤੂੰ ਪਿਆਰ ਹੁੰਦੇ ਨਾਲ ਕਰ ਲਈ ਤੇ ਤੂੰ ਫਿਰ ਹੁੰਦੇ ਨਾਲ ਲਗਾ ਫਿਰੀ ਅੱਛਾ ਜੱਟ ਸਾਹਿਬ ਦੂੜਾ ਤੁਹਾਡਾ ਸ਼ੇਰ ਬੜਾ ਮਸ਼ਹੂਰ ਹੋਇਆ ਸੀ ਕਿ ਅ ਦਿਲ ਕੇ ਬਦਲੇ ਦਿਲ ਤੋਂ ਸਾਰੀ ਦੁਨੀਆ ਦੇਤੀ ਹੈ ਜਰਾ ਸੁਣਾਓ ਦਿਲ ਕੇ ਬਦਲੇ ਦਿਲ ਵੀ ਆਪਣੀ ਸਾਰੀ ਦੁਨੀਆ ਦੇਤੀ ਹੈ ਦਿਲ ਕੇ ਬਦਲੇ ਆਪਣੀ ਜਾਨ ਵੀ ਦੇ ਦਿੰਦੇ ਹਨ ਆਪਣੀ ਮਹੱਬਤਾਂ ਵੀ ਦੇ ਦਿੰਦੇ ਹਨ ਆਪਣੀ ਸ਼ਾਨਾਂ ਵੀ ਦੇ ਦਿੰਦੇ ਹਨ ਆਪਣੀ ਦਿਲ ਵੀ ਦੇ ਦਿੰਦੇ ਹਨ ਆਪਣਾ ਆਪਣੀ ਜ਼ਮੀਨ ਵੀ ਦੇ ਦਿੰਦੇ ਨਹੀਂ ਆਪਣਾ ਮੱਝਾਂ ਵੀ ਨਾ ਕੀ ਹੈ ਡੇਕ ਵੀ ਦੇ ਦਿੰਦੇ ਹਨ ਆਪਣੀ ਜਾਨ ਵੀ ਦੇ ਦਿੰਦੇ ਹਨ ਹੋਰ ਕੀ ਹੈ ਮੱਝਾਂ ਵੀ ਦੇ ਦਿੰਦੇ ਹਨ ਕਿਹਾ ਨਹੀਂ ਅੱਗੇ ਮੇਰਾ ਦਿਲ ਵੀ ਕਿਤਨਾ ਪਾਗਲ ਹੈ ਆਹੋ ਇਹ ਸੁਣਾਓ ਜਰਾ ਮੇਰਾ ਦਿਲ ਵੀ ਕਿੰਨਾ ਪਾਗਲ ਹੈ ਮੇਰਾ ਦਿਲ ਵੀ ਕਿੰਨਾ ਪਾਗਲ ਹੈ ਮੇਰੀ ਜਾਨ ਵੀ ਉਹ ਤੇ ਨਹੀਂ ਪਾਗਲ ਹੈ ਜਿਤਨਾ ਦਿਲ ਮੇਰਾ ਪਾਗਲ ਹੈ ਜੱਟ ਸਾਹਿਬ ਤੁਸੀਂ ਤੇ ਤੇ ਕਿੰਨੀਆਂ ਕੋ ਕਲਾਸਾਂ ਬੜੀਆਂ ਜੇ ਮੈਂ 10ਵੀਂ ਚ ਹਟ ਗਿਆ ਤਾਂ ਮੈਂ ਜਦਾ ਨਹੀਂ 10ਵੀਂ ਵਿੱਚ ਪਿਆਰ ਤੇ ਨਹੀਂ ਸੀ ਹੋ ਗਿਆ ਹੋ ਗਿਆ ਸੀ ਕਿਹਨਾਂ ਨਾ ਹੁੰਦਾ ਸੀ ਕਿਹਨਾਂ ਨਾ ਹੁੰਦਾ ਸੀ ਤੇ ਫਿਰ ਕੀ ਕੋਈ ਮਤਲਬ ਕੋਈ ਟਾਫੀਆਂ ਸ਼ਾਫੀਆਂ ਖਵਾਉਂਦੇ ਸੀ ਚਾਕਲੇਟ ਖਵਾਉਂਦੇ ਸੀ ਕੀ ਪਿਆਰ ਕਰ ਲਈ ਤੇ ਹਨ ਕਈਆਂ ਦੇ ਨਾਲ ਕਰ ਲਈ ਦੇ ਨੇ ਇੱਥੇ ਕਿਹੜਾ ਕੋਈ ਨਹੀਂ ਕਰਦੇ ਸਾਰੀ ਦੁਨੀਆ ਪਿਆਰ ਕਰਦੀ ਹਾਂ ਸਾਰੀ ਦੁਨੀਆ ਕਰਦੀ ਜਾਂਦੀ ਆਪਣੇ ਆਪ ਨੂੰ ਅੱਛਾ ਜੱਟ ਸਾਹਿਬ ਐ ਦੱਸੋ ਕਿ ਸ਼ਾਦੀ ਦਾ ਕੋਈ ਇਰਾਦਾ ਹੈ ਸ਼ਾਦੀ ਕਰਨੀ ਜੀ ਜੀ ਕਰਾਂਗੇ ਜੀ ਸ਼ਾਦੀ ਕਰਨੀ ਕਿਉਂ ਨਹੀਂ ਸ਼ਾਦੀ ਤੋਂ ਬਗਾਰ ਗੁਜ਼ਾਰੀ ਨਹੀਂ ਆਇਆ ਅੱਛਾ ਆਹੋ ਇਹ ਤਾਂ ਸ਼ਾਦੀ ਕਰਕੇ ਕੀ ਕਰਨਾ ਜੀ ਸ਼ਾਦੀ ਕਰਕੇ ਤਾਂ ਉਹਦੇ ਤੋਂ ਬਗਾਰ ਮੈਂ ਰਹਿ ਨਹੀਂ ਸਕਦਾ ਅੱਛਾ ਕਿਨੀਆਂ ਕੋ ਕੀਤੀਆਂ ਅਜੇ ਪਹਿਲੇ ਮੈਂ ਕੋਈ ਨਹੀਂ ਕੀਤੀ ਅੱਗੇ ਹੁਣ ਕਰਨੀ ਹੈ ਸੋ ਯਾ والدہ ਨੇ ਪਤਾ ਚੱਲਿਆ ਸੀ ਕਿ ਉਹਨਾਂ ਗਿਆ ਕਿ ਪੁੱਤਰ ਤੂੰ ਐ ਟਿਕਟੌਕ ਜਿਹੜੀਆਂ ਨੇ ਨਾ ਨਾ ਬਣਾਇਆ ਕਰ ਉਹਨਾਂ ਨੇ ਕਿਹਾ ਸੀ ਆਹੋ ਉਹਨੇ ਕਿਹਾ ਏ ਟਿਕਟੋਕ ਨਹੀਂ ਬਣਾਣੀ ਨਹੀਂ ਉਹਨੇ ਕਿਹਾ ਏ ਬਣਾਇਆ ਕਰ ਤੇ ਉਹਨੇ ਕਿਹਾ ਸੀ ਬਣਾ ਕੇ ਤੇ ਤੂੰ ਸਹੀ ਸਿੱਧੇ ਰਸਤੇ ਲਾਜ ਲੱਗ ਜਾਏਗਾ ਤੇ ਤੂੰ ਤੇਰੇ ਨਾਲ ਨਾਲ ਪਿਆਰ ਵੀ ਕਰ ਨਾਲ ਪਿਆਰ ਵੀ ਹੋਏਗਾ ਤੇਰਾ ਅੱਗੋਂ ਕੋਈ ਕੁੜੀ ਤੇਨੂੰ ਲੱਭ ਜਾਏਗੀ

गा गा के मैं उसके बात जीता था जिसके अच्छा। लिए ऐसे। जीता था जिसके लिए जिसके लिए मरता था वो ऐसी वो लड़की थी जिसे मैं प्यार करता हूँ पाकिस्तान के सात सूबे हो गए हां जी सुबह सिंध ਸੂਬਾ ਬਲੋਚਸਾਨ ਸੂਬਾ ਖੈਬਰ ਖਵਾਣ ਸੂਬਾ ਲੋਹਰ ਸੂਬਾ ਕਨਾਂਚੀ ਸੂਬਾ ਮਰੀਦਕੇ ਸੂਬਾ ਰਾਵੀਦਾਨ ਸੂਬਾ ਜੇਰ ਵਾਹ ਕੀ ਬਾਤ ਹੈ ਜੇਰ ਵੀ ਸੂਬਾ ਆ ਗਿਆ ਸਾਧ ਸੂਬੇ ਜੱਟ ਸਾਹਿਬ ਨੇ ਉਹ ਵੀ ਐਵੇਂ ਹੀ ਕਰਦੇ ਨੇ ਜੱਟ ਸਾਹਿਬ ਦੱਸੋ ਨਾ ਕੋਈ ਚੰਨ ਚੜ੍ਹਿਆ ਜੇ ਭਾਈ ਰੁਪੇ ਕਦੀ ਕੋਈ ਚੰਨ ਚੜ੍ਹਿਆ ਜ਼ਿੰਦਗੀ ਚ ਚੰਨ ਨਹੀਂ ਮੈਂ ਚੜ੍ਹਿਆ ਹੈਗਾ ਤੇ ਨਾ ਮਗਰਬ ਨਾ ਕਿ ਉਸਨੇ ਸੂਰਜ ਆਕਰ ਨਾ ਉਹ ਚੜ੍ਹਿਆ ਅੱਛਾ ਜ਼ੋਰਤ ਚੜ੍ਹਿਆ ਚੰਨ ਨਹੀਂ ਚੜ੍ਹਿਆ ਉਹ ਆ ਵੀ ਕੋਈ ਸਾਬੀ ਹੈ ਨਾ ਜਿਸ ਨੂੰ ਚੰਨ ਚੜਦਿਆਂ ਵੇਖਿਆ ਉਹ ਇਹਨਾਂ ਨੂੰ ਇੱਕੋ ਹੀ ਹਿਸਾਬ ਹੈ ਇਹਨਾਂ ਦਾ ਅੱਛਾ ਦੂਹਾਂ ਦਾ ਇੱਕ ਹੀ ਹਾਂ ਉਹ ਚੰਨ ਚੜਦਿਆ ਨਹੀਂ ਵੇਖਿਆ ਕਿਸੇ ਸੁਣ ਚੰਨ ਚੜਦਿਆਂ ਇਧਰੋਂ ਨਿਕਲਦਾ ਤੁਹਾਨੂੰ ਕਿਹਾ ਤੇ ਇਧਰੋਂ ਮਗਰਵਾਲੇ ਵਿੱਚ ਡੁੱਬ ਜਾਂਦਾ ਫਿਰ ਓਲੀ ਓਲੀ ਥੱਲੇ ਥੱਲੇ ਆਉਂਦਾ ਚੰਨ ਤੇ ਫਿਰ ਉਧਰੋਂ ਨਿਕਲ ਆਉਂਦਾ ਚੰਨ ਦਾ ਵੀ ਉਹੀ ਰਾਜ ਜਿਹੜਾ ਸੂਰਜ ਦਾ ਉਹੀ ਰੋਜ਼ ਆਈ ਹੁੰਦੀ ਹੈ ਇਹ ਹੀ ਹਿਸਾਬ ਤੇ ਚੀਮਾ ਸਾਹਿਬ ਹੋਰ ਕੋਈ ਗੱਲ ਬਾਤ ਹੋਰ ਜੱਟ ਸਾਹਿਬ ਬੁਰਾ ਕੋਈ ਸ਼ੇਅਰ ਸੁਣਾਗੇ ਸ਼ੇਅਰ ਸੁਣਾ ਕੇ ਇਹਨਾਂ ਕੋਲ ਤਸ਼ਰੀਹ ਉਹਨਾਂ ਦੀ ਸੁਣਾ ਕੇ ਠੀਕ ਹੈ ਜੜ ਸਾਹਿਬ ਉਹ ਬੜਾ ਸ਼ੇਰ ਸਾਡਾ ਇੱਕ ਵਾਇਰਲ ਹੋਇਆ ਸੀ ਕਿ ਹਮ ਦਮ ਸੇ ਗਏ ਹਮ ਦਮ ਕੇ ਲਈਏ ਹਮ ਦਮ ਕੀ ਕਸਮ ਹਮ ਦਮ ਨਾ ਮਿਲਾ ਹਮ ਜਾਂ ਸੇ ਗਏ ਜਾਣੇ ਜਾ ਕੇ ਲਈਏ ਜਾਣੇ ਜਾ ਕੀ ਕਸਮ ਜਾਣੇ ਜਾ ਨਾ ਮਿਲਾ ਕਿਸ ਤਰ੍ਹਾਂ ਸੀ ਹਮ ਦਮ ਸੇ ਗਏ ਦਮ ਨਾ ਮਿਲਾ ਹਮ ਦਮ ਨਸੇ ਆਏ ਦਮ ਨਾ ਮਿਲਾ ਹਮ ਦਮ ਕੀ ਕਸਮ ਦਮ ਨਾ ਗਏ ਦਮ ਸੇ ਕਸਮ ਹਮ ਦਮ ਸੇ ਨਾ ਆਏ ਅੱਛਾ ਤੁਸੀਂ ਉਹ ਗਾਣਾ ਤੇ ਸਾਰੇ ਸੁਣਿਆ ਹੋਗਾ ਇੱਕ ਪਾਪੀ ਚੂਲੋ ਗਾਣਾ ਬੜਾ ਪੁਰਾਣਾ ਸੀ ਆਹੋ ਠੀਕ ਹੈ ਉਹ ਜੜ ਸਾਹਿਬ ਦਾ ਮਕਸਦ ਵੀ ਦੱਸਣਗੇ ਤੁਹਾਨੂੰ ਜੜ ਸਾਹਿਬ ਕੀ ਪਾਪੀ ਚੂਲੋ ਗਾਣਾ ਪਾਪੀ ਚੂਲੋ ਪਾਪੀ ਚੂਲੋ ਪਾਪੀ ਚੂਲੋ ਪਾਪੀ ਚੂਲੋ ਪਾਪੀ ਚੂਲੋ ਪਾਪੀ ਚੂਲੋ ਚੂਲੋ ਪਾਪੀ ਚੂਲੋ ਪਾਪੀ ਚੂਲੋ ਪਾਪੀ ਚੂਲੋ ਇਹਦਾ ਮਕਸਦ ਐ ਸੀ ਤੂੰ ਕਿਸੇ ਨਾਲ ਪਾਪੀ ਕੀਤੀ ਸੀ ਅਹੀਂ ਉਹਨੇ ਨਾਲ ਪਾਪੀ ਕਰਨੀ ਸੀ ਨਾ ਤੂੰ ਉਹਨੇ ਚੂਲੋ ਹੀ ਨਹੀਂ ਤੈਨਾਂ ਕੀਤੀ ਤੇ ਉਹਨੇ ਤੇਰੇ ਨਾਲ ਪਾਪੀ ਕਿੱਥੇ ਕਰਨੀ ਸੀ ਜਿੰਨੇ ਲੋਕ ਪਰਦੇਸੋਂ ਸਾਨੂੰ ਬੜਾ ਪਿਆਰ ਮਿਲਦਾ ਜਿੰਨੇ ਓਵਰਸੀਜ਼ ਪਾਕਿਸਤਾਨੀ ਨੇ ਆਊਟ ਆਫ ਕੰਟਰੀ ਕੰਮ ਕਰਦੇ ਨੇ ਹਾਂ ਜੀ ਪਰਦੇਸੀ ਉਹਨਾਂ ਬੜਾ ਉਹਨਾਂ ਵਾਸਤੇ ਗਾਣਾ ਹੋਇਆ ਪਰਦੇਸੀਓਂ ਸੇ ਪੁੱਛ ਪੁੱਛ ਕੇ ਮੇਂ ਸੀ ਪਰਦੇਸੀਓਂ ਸੇ ਪੁੱਛ ਪੁੱਛ ਮੈਂ ਰੋਈ ਮੈਂ ਮੇਰਾ ਮਾਹੀ ਵਾਪਸ ਕਿਉਂ ਨਹੀਂ ਆਇਆ ਉਹਨੂੰ ਵਾਪਸ ਆਣਾ ਚਾਹੀਦਾ ਸੀ ਉਹ ਫੇਰ ਵੀ ਨਹੀਂ ਆਇਆ ਉਹਨੂੰ ਆਖਿਆ ਸੀ ਆ ਜਾ ਵਾਪਸ ਤੂੰ ਚੰਗੀ ਰਹੇਂਗੀ ਉਹਨੇ ਆਖਿਆ ਸੀ ਤੂੰ ਚੰਗਾ ਰਹੇਂਗਾ ਤੂੰ ਮੈਂ ਆਣੀ ਆਣਾਗਾ ਮੈਂ ਆਖਿਆ ਸੀ ਤੂੰ ਚੰਗੀ ਰਹੇਂਗੀ ਤੇ ਮੈਂ ਆ ਜਾਗਾ ਤੂੰ ਚੰਗੀ ਰਹੇਂਗੀ ਤੇ ਮੈਂ ਨਹੀਂ ਆਇਆ ਮੈਂ ਨਹੀਂ ਆਇਆ ਜੜਸਾਹਬੁਰਾ ਕੋਲ ਇੱਕ ਪੰਜਾਬੀ ਦਾ ਇੱਕ ਗਾਣੇਦਾਰ ਇੱਕ ਸ਼ੇਰ ਕੇ ਫੁੱਲਾ ਜਿਹਾ ਦਿਲ ਤੇਰਾ ਕਦੇ ਮੈਂ ਦਿਖਾਵਾਂ ਤੇ ਰੱਬ ਕਰੇ ਮੈਂ ਮਰ ਜਾਵਾਂ ਨਾ ਜਿਹਾ ਦਿਲ ਤੇਰਾ ਫੁੱਲਾ ਜਿਹਾ ਦਿਲ ਤੇਰਾ ਕਦੇ ਮੈਂ ਦਿਖਾਵਾਂ ਤੂੰ ਕਦੇ ਅੱਲਾਹ ਕਰੇ ਤੂੰ ਮਰ ਜਾਵੇਂ ਜਾਂ ਮੈਂ ਮਰ ਜਾਵਾਂ ਲੋ ਜੀ ਅੱਲਾਹ ਕਰੇ ਤੂੰ ਮਰ ਜਾਵੇਂ या तो मैं मार जाव हाँ मैं मार जाव हाँ नाजरीन जट साहब ने खूब महजूज़ हमें भी कराया आपने भी किया होगा तो ये ऐसे करदारमाशरे में बहुत सारे ऐसे हैं जो हमारी टेंशनों को ख़त्म करते हैं और हमें मुस्कुराहटें बखेरने का मौका देते हैं ऐसे लोग जो हैं इनका हमें ख़्याल भी रखना चाहिए इनका मजाक उड़ाने की बजाय बल्कि इनकी खुशियों में हमें भी शर्क होना चाहिए और इनको जिस तरह से भी हम फेसिलटेट कर सकें हमें करना चाहिए ਇਸ ਵੀਡੀਓ ਵਿੱਚ ਮੁੰਫਰਦ ਵੀਡੀਓ ਵਿੱਚ ਅਮੇ ਇਜਾਜ਼ਤ ਦੇ ਇਨਸ਼ਾਅੱਲਾ ਦੁਬਾਰਾ ਹਾਜ਼ਰ ਹੋਣਗੇ ਅੱਲਾ ਹਾਫਿਜ਼